ਜ਼ਮੀਨੀ ਵਿਵਾਦ ਸੁਲਝਾਉਣ ਗਈ ਪੁਲਿਸ ਪਾਰਟੀ ਦੇ ਉੱਤੇ ਹੀ ਹਮਲਾ ਕੀਤਾ ਗਿਆ, ਜਿਸ ਦੇ ਕਾਰਨ ਇੱਕ ਪੁਲਿਸ ਮੁਲਾਜ਼ਮ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਤੇ ਜਿਸ ਦੇ ਕਈ ਟਾਂਕੇ ਲੱਗੇ ਨੇ। ਖੰਡੇ ਦੇ ਨਾਲ ਕਿਹਾ ਜਾ ਰਿਹਾ ਕਿ ਇਸ ਪੁਲਿਸ ਮੁਲਾਜ਼ਮ ਦੇ ਉੱਤੇ ਕਈ ਵਾਰ ਕੀਤੇ ਗਏ, ਜਿਸ ਤੋਂ ਬਾਅਦ ਇਹ ਜ਼ਖਮੀ ਹੋਇਆ। ਦਰਅਸਲ ਮਾਮਲਾ ਕੁਛ ਇਸ ਤਰ੍ਹਾਂ ਕਿ ਦੋ ਧਿਰਾਂ ਦੇ ਵਿਚਕਾਰ ਜ਼ਮੀਨੀ ਵਿਵਾਦ ਚੱਲ ਰਿਹਾ ਸੀ ਤੇ ਇੰਨੇ ਦੇ ਵਿੱਚ ਇੱਕ ਧਿਰ ਨੇ ਦੂਜੀ ਧਿਰ ਦੇ ਖੇਤ ਦੇ ਵਿੱਚ ਜਾ ਕੇ ਮਿੱਟੀ ਪੱਟਣੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਦੂਜੀ ਧਿਰ ਨੇ ਪੁਲਿਸ ਨੂੰ ਇਸ ਦੀ ਸ਼ਿਕਾਇਤ ਫੋਨ ਕਰਕੇ ਦਿੱਤੀ ਤੇ ਪੁਲਿਸ ਜੋ ਹੈ ਜਦੋਂ ਮੌਕੇ ਦੇ ਉੱਤੇ ਪਹੁੰਚਦੀ ਹੈ ਤਾਂ ਉੱਥੇ ਪਹੁੰਚਦੇ ਸਾਰ ਹੀ ਪੁਲਿਸ ਨੂੰ ਦੇਖ ਕੇ ਜੋ ਇੱਕ ਧਿਰ ਜੋ ਮਿੱਟੀ ਪੱਟ ਰਹੀ ਹੁੰਦੀ ਹੈ ਉਹਨਾਂ ਦੇ ਜੋ ਬੰਦੇ ਨੇ ਉਹ ਪੁਲਿਸ ਪਾਰਟੀ ਦੇ ਉੱਤੇ ਹੀ ਹਮਲਾ ਕਰ ਦਿੰਦੇ ਨੇ, ਜਿਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਗੰਭੀਰ ਰੂਪ ਨਾਲ ਜ਼ਖਮੀ ਹੋਇਆ। ਫਿਲਹਾਲ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਕਿਹਾ ਜਾ ਰਿਹਾ ਹੈ ਕਿ 15 ਲੋਕਾਂ ਦੇ ਖਿਲਾਫ਼ ਬਾਈ ਨੇ ਪਰਚਾ ਦਰਜ ਕੀਤਾ ਅਤੇ ਇਸੇ ਦੌਰਾਨ 2 ਲੋਕਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਅਤੇ ਇੱਕ ਟਰੈਕਟਰ ਵੀ ਪੁਲਿਸ ਦੇ ਵੱਲੋਂ ਜ਼ਬਤ ਕੀਤਾ ਅਤੇ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਜਿੱਥੇ ਕਿ ਜ਼ਮੀਨੀ ਵਿਵਾਦ ਸੁਲਝਾਉਣ ਗਈ ਪੁਲਿਸ ਪਾਰਟੀ ਦੇ ਉੱਤੇ ਹੀ ਹਮਲਾ ਕਰ ਦਿੱਤਾ, ਜਿਸ ਦੇ ਕਾਰਨ ਇੱਕ ਪੁਲਿਸ ਮੁਲਾਜ਼ਮ ਗੰਭੀਰ ਰੂਪ ਨਾਲ ਜ਼ਖਮੀ ਹੋਇਆ। ਕੱਲ੍ਹ ਕਹਿੰਦੇ 112 ਦੇ ਹੈਲਪਲਾਈਨ 'ਤੇ ਜਿਹੜਾ ਇੱਕ ਮੈਸੇਜ ਆਇਆ ਸੀਗਾ ਅਤੇ ਜਿਸ 'ਚ ਬਲਵੰਤ ਸਿੰਘ ਅਤੇ ਰਜਿੰਦਰ ਸਿੰਘ ਦਾ ਦੌਲਤਪੁਰਾ ਵਿੱਚ ਦਾ ਕਹਿੰਦਾ ਪ੍ਰੋਪਰਟੀ ਦਾ ਰੌਲਾ ਸੀਗਾ 2 ਕਿਨਾਲੇ ਦਾ। ਉਹ ਕਹਿ ਰਹੇ ਸੀਗੇ ਵੀ ਬਲਵੰਤ ਸਿੰਘ ਪਾਰਟੀ ਕਹਿ ਰਹੇ ਸੀ ਵੀ ਉਹ ਜਿਹੜੇ ਰਜਿੰਦਰ ਪਾਰਟੀ ਮਨਪ੍ਰੀਤ ਅਭਿਮਾਨਕ ਉਹਨੇ ਉੱਥੇ ਜ਼ਮੀਨ ਵਾਹ ਰਹੇ ਆ ਅਤੇ ਉਹਦੇ ਵਿੱਚ ਜਦੋਂ ਪੁਲਿਸ ਪਾਰਟੀ ਮੌਕੇ 'ਤੇ ਗਈ ਤਾਂ ਜਦੋਂ ਇਹ ਇਹਨਾਂ ਨੂੰ ਰੋਕਿਆ ਤਾਂ ਇਹਨਾਂ ਨੇ ਮੁਲਾਜ਼ਮਾਂ 'ਤੇ ਵੀ ਹਮਲਾ ਕਰਤਾ, ਜਿਹਦੇ ਵਿੱਚ ਸਾਡਾ ਪਰਮਪ੍ਰੀਤ ਮੁਲਾਜ਼ਮ ਨੂੰ ਖੱਚੜ ਹੋ ਗਿਆ, ਉਹਦੀ ਵਰਦੀ ਵੀ ਫਟ ਗਈ ਅਤੇ ਇਹ ਬਾਕੀ ਇੱਥੋਂ ਜਿਹੜੇ ਅਸੀਂ ਇਹਨਾਂ 'ਚੋਂ 2 ਬੰਦੇ ਉੱਥੇ ਜਿਹੜੇ ਆ ਕਾਬੂ ਕੀਤੇ ਆ, ਮਨਪ੍ਰੀਤ ਸਿੰਘ ਅਤੇ ਗੁਰਵਿੰਦਰ ਸਿੰਘ, ਅਤੇ ਇਹਨਾਂ ਤੋਂ ਹਥਿਆਰ ਵੀ ਜਿਹੜੇ ਆ ਬਰਾਮਦ ਕੀਤੇ ਆ ਅਤੇ ਇੱਕ ਜਿਹੜੇ ਟਰੈਕਟਰ ਛੱਡ ਕੇ ਭੱਜ ਗਏ ਸੀ, ਇੱਕ ਟਰੈਕਟਰ ਵੀ ਜਿਹੜਾ ਕਬਜ਼ੇ 'ਚ ਲਿਆ ਅਤੇ ਮੁਲਾਜ਼ਮਾਂ ਨੂੰ ਜਿਹੜਾ ਫਿਰ ਹਸਪਤਾਲ ਦਾਖਲ ਕਰਾਇਆ ਅਤੇ ਜਿਹੜਾ ਇਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਆ। ਕਿੰਨੇ ਮੁਲਾਜ਼ਮ ਜ਼ਖਮੀ ਹੋਏ ਜੀ? ਇਹਦੇ 'ਚ ਇੱਕੋ ਮੁਲਾਜ਼ਮ ਪਰਮਪ੍ਰੀਤ ਜਿਹੜਾ ਮੁਲਾਜ਼ਮ ਜ਼ਖਮੀ ਹੋਇਆ ਸੀਗਾ ਅਤੇ ਇਹਨਾਂ ਦਾ ਦੋਸ਼ੀਆਂ ਦਾ ਵੀ ਜਿਹੜਾ ਰਿਮਾਂਡ ਹਾਸਲ ਕੀਤਾ। ਕਿੰਨੇ ਜਣੇ ਦੇ ਖਿਲਾਫ਼ ਮਾਮਲਾ ਦਰਜ ਹੋਇਆ ਜੀ? ਇਹਦੇ ਵਿੱਚ 15-22 ਨੇਮ ਆ, 15-20 ਮੁਲਾਜ਼ਮ ਜਿਹੜੇ ਹੋਰ ਆ ਇਹਨਾਂ ਦੇ ਨਾਲ ਦੋਸ਼ੀਆਂ ਨੂੰ। ਅਤੇ ਅਰੈਸਟ ਹੋਇਆ ਜੀ ਕੋਈ? ਹਾਂ, 2 ਬੰਦੇ ਗ੍ਰਿਫਤਾਰ ਹੋ ਗਿਆ, ਮਨਪ੍ਰੀਤ ਔਰ ਮਾਣਿਕ ਅਤੇ ਗੁਰਵਿੰਦਰ ਸਿੰਘ ਔਰ ਮੋਟਾ। ਇਹ ਕਾਹਦੇ ਨਾਲ ਹਮਲਾ ਕੀਤਾ ਜੀ ਪੁਲਿਸ ਪਾਰਟੀ 'ਤੇ? ਇਹ ਤਾਂ ਜਿਹੜਾ ਇਹ ਖੰਡਾ ਸੀਗਾ ਜਿਹੜਾ ਇਹਦੇ ਸਿਰ 'ਤੇ ਲੱਗਿਆ ਮੁਲਾਜ਼ਮ ਦੇ। ਕਿਵੇਂ ਹਾਲਾਤ ਕਿਵੇਂ ਹੋਣ ਲੱਗ? ਠੀਕ ਆ, ਮੁਲਾਜ਼ਮ ਬਿਲਕੁਲ ਠੀਕ ਆ ਅਤੇ ਜਿਹੜੇ ਦੋਸ਼ੀ ਆ ਜਲਦੀ ਫੜ ਕੇ ਇਹਨਾਂ ਨੂੰ ਸੁਗਾਖਣ ਦੀ ਕਿਸ਼ ਕੀਤਾ। ਜ਼ਮੀਨੀ ਵਿਵਾਦ ਸੁਲਝਾਉਣ ਗਈ ਪੁਲਿਸ ਪਾਰਟੀ ਦੇ ਉੱਤੇ ਹੀ ਹਮਲਾ ਕੀਤਾ ਗਿਆ, ਜਿਸ ਦੇ ਕਾਰਨ ਇੱਕ ਪੁਲਿਸ ਮੁਲਾਜ਼ਮ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਅਤੇ ਜਿਸ ਦੇ ਕਈ ਟਾਂਕੇ ਲੱਗੇ ਨੇ। ਖੰਡੇ ਦੇ ਨਾਲ ਕਿਹਾ ਜਾ ਰਿਹਾ ਕਿ ਇਸ ਪੁਲਿਸ ਮੁਲਾਜ਼ਮ ਦੇ ਉੱਤੇ ਕਈ ਵਾਰ ਕੀਤੇ ਗਏ, ਜਿਸ ਤੋਂ ਬਾਅਦ ਇਹ ਜ਼ਖਮੀ ਹੋਇਆ। ਦਰਅਸਲ ਮਾਮਲਾ ਕੁਛ ਇਸ ਤਰ੍ਹਾਂ ਕਿ 2 ਧਿਰਾਂ ਦੇ ਵਿਚਕਾਰ ਜ਼ਮੀਨੀ ਵਿਵਾਦ ਚੱਲ ਰਿਹਾ ਸੀ ਅਤੇ ਇੰਨੇ ਦੇ ਵਿੱਚ ਇੱਕ ਧਿਰ ਨੇ ਦੂਜੀ ਧਿਰ ਦੇ ਖੇਤ ਦੇ ਵਿੱਚ ਜਾ ਕੇ ਮਿੱਟੀ ਪੱਟਣੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਦੂਜੀ ਧਿਰ ਨੇ ਪੁਲਿਸ ਨੂੰ ਇਸ ਦੀ ਸ਼ਿਕਾਇਤ ਫੋਨ ਕਰਕੇ ਦਿੱਤੀ ਅਤੇ ਪੁਲਿਸ ਜੋ ਹੈ ਜਦੋਂ ਮੌਕੇ ਦੇ ਉੱਤੇ ਪਹੁੰਚਦੀ ਹੈ ਤਾਂ ਉੱਥੇ ਪਹੁੰਚਦੇ ਸਾਰ ਹੀ ਪੁਲਿਸ ਨੂੰ ਦੇਖ ਕੇ ਜੋ ਇੱਕ ਧਿਰ ਜੋ ਮਿੱਟੀ ਪੱਟ ਰਹੀ ਹੁੰਦੀ ਹੈ ਉਹਨਾਂ ਦੇ ਜੋ ਬੰਦੇ ਨੇ ਉਹ ਪੁਲਿਸ ਪਾਰਟੀ ਦੇ ਉੱਤੇ ਹੀ ਹਮਲਾ ਕਰ ਦਿੰਦੇ ਨੇ, ਜਿਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਗੰਭੀਰ ਰੂਪ ਨਾਲ ਜ਼ਖਮੀ ਹੋਇਆ। ਫਿਲਹਾਲ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਕਿਹਾ ਜਾ ਰਿਹਾ ਹੈ ਕਿ 15 ਲੋਕਾਂ ਦੇ ਖਿਲਾਫ਼ ਬਾਈ ਨੇ ਪਰਚਾ ਦਰਜ ਕੀਤਾ ਅਤੇ ਇਸੇ ਦੌਰਾਨ 2 ਲੋਕਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਅਤੇ ਇੱਕ ਟਰੈਕਟਰ ਵੀ ਪੁਲਿਸ ਦੇ ਵੱਲੋਂ
ਜ਼ਬਤ ਕੀਤਾ ਹੈ ਤੇ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਜਿੱਥੇ ਕਿ ਜ਼ਮੀਨੀ ਵਿਵਾਦ ਸੁਲਝਾਉਣ ਗਈ ਪੁਲਿਸ ਪਾਰਟੀ ਦੇ ਉੱਤੇ ਹੀ ਹਮਲਾ ਕਰ ਦਿੱਤਾ ਜਿਸ ਦੇ ਕਾਰਨ ਇੱਕ ਪੁਲਿਸ ਮੁਲਾਜ਼ਮ ਗੰਭੀਰ ਰੂਪ ਨਾਲ ਜ਼ਖਮੀ ਹੋਇਆ। ਕੱਲ੍ਹ ਕਹਿੰਦੇ 112 ਦੇ ਹੈਲਪਲਾਈਨ 'ਤੇ ਜਿਹੜਾ ਇੱਕ ਮੈਸੇਜ ਆਇਆ ਸੀਗਾ ਅਤੇ ਜਿਸ 'ਚ ਬਲਵੰਤ ਸਿੰਘ ਅਤੇ ਰਜਿੰਦਰ ਸਿੰਘ ਦਾ ਦੌਲਤਪੁਰਾ ਵਿੱਚ ਦਾ ਕਹਿੰਦਾ ਪ੍ਰੋਪਰਟੀ ਦਾ ਰੌਲਾ ਸੀਗਾ ਦੋ ਕਿਨਾਲੇ ਦਾ। ਉਹ ਕਹਿ ਰਹੇ ਸੀਗੇ ਵੀ ਬਲਵੰਤ ਸਿੰਘ ਪਾਰਟੀ ਕਹਿ ਰਹੇ ਸੀ ਵੀ ਇਹ ਜਿਹੜੇ ਰਜਿੰਦਰ ਪਾਰਟੀ ਮਨਪ੍ਰੀਤ ਅਭਿਮਾਨ ਕੌਣ ਉੱਥੇ ਜ਼ਮੀਨ ਵਾਹ ਰਹੇ ਆ ਅਤੇ ਉਹਦੇ ਵਿੱਚ ਜਦੋਂ ਪੁਲਿਸ ਪਾਰਟੀ ਮੌਕੇ 'ਤੇ ਗਈ ਤਾਂ ਜਦੋਂ ਇਹ ਇਹਨਾਂ ਨੂੰ ਰੋਕਿਆ ਤਾਂ ਇਹਨਾਂ ਨੇ ਮੁਲਾਜ਼ਮਾਂ 'ਤੇ ਵੀ ਹਮਲਾ ਕਰਤਾ ਜਿਹਦੇ ਵਿੱਚ ਸਾਡਾ ਪਰਮਪ੍ਰੀਤ ਮੁਲਾਜ਼ਮ ਨੂੰ ਫੱਕੜ ਹੋ ਗਿਆ, ਉਹਦੀ ਵਰਦੀ ਵੀ ਫਟ ਗਈ ਅਤੇ ਇਹ ਬਾਕੀ ਇੱਥੋਂ ਜਿਹੜੇ ਅਸੀਂ ਇਹਨਾਂ 'ਚੋਂ ਦੋ ਬੰਦੇ ਉੱਥੇ ਜਿਹੜੇ ਆ ਕਾਬੂ ਕੀਤੇ ਆ ਮਨਪ੍ਰੀਤ ਸਿੰਘ ਅਤੇ ਗੁਰਵਿੰਦਰ ਸਿੰਘ ਅਤੇ ਇਹਨਾਂ ਤੋਂ ਹਥਿਆਰ ਵੀ ਜਿਹੜੇ ਆ ਬਰਾਮਦ ਕੀਤੇ ਆ ਅਤੇ ਇੱਕ ਜਿਹੜੇ ਟਰੈਕਟਰ ਛੱਡ ਕੇ ਭੱਜ ਗਏ ਸੀ ਇੱਕ ਟਰੈਕਟਰ ਵੀ ਜਿਹੜਾ ਕਬਜ਼ੇ 'ਚ ਲਿਆ ਅਤੇ ਮੁਲਾਜ਼ਮਾਂ ਨੂੰ ਜਿਹੜਾ ਫਿਰ ਹਸਪਤਾਲ ਦਾਖਲ ਕਰਾਇਆ ਅਤੇ ਜਿਹੜਾ ਇਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਆ। ਕਿੰਨੇ ਮੁਲਾਜ਼ਮ ਜ਼ਖਮੀ ਹੋਏ? ਇਹਦੇ 'ਚ ਇੱਕੋ ਮੁਲਾਜ਼ਮ ਪਰਮਪ੍ਰੀਤ ਜਿਹੜਾ ਮੁਲਾਜ਼ਮ ਜ਼ਖਮੀ ਹੋਇਆ ਸੀਗਾ ਅਤੇ ਇਹਨਾਂ ਦਾ ਦੋਸ਼ੀਆਂ ਦਾ ਵੀ ਜਿਹੜਾ ਰਿਮਾਂਡ ਹਾਸਲ ਕੀਤਾ। ਕਿੰਨੇ ਜਣੇ ਦੇ ਖਿਲਾਫ਼ ਮਾਮਲਾ ਦਰਜ ਹੋਇਆ? ਇਹਦੇ ਵਿੱਚ 15-22 ਨੇਮ ਆ, 15-20 ਮੁਲਾਜ਼ਮ ਜਿਹੜੇ ਹੋਰ ਆ ਇਹਨਾਂ ਦੇ ਨਾਲ ਦੋਸ਼ਾਂ ਨੂੰ। ਅਤੇ ਅਰੈਸਟ ਹੋਇਆ ਜੀ ਕੋਈ? ਹਾਂ, ਦੋ ਬੰਦੇ ਗ੍ਰਿਫਤਾਰ ਹੋ ਗਏ, ਮਨਪ੍ਰੀਤ ਮਾਣਿਕ ਅਤੇ ਗੁਰਵਿੰਦਰ ਸਿੰਘ ਮੋਟਾ। ਇਹ ਕਾਹਦੇ ਨਾਲ ਹਮਲਾ ਕੀਤਾ ਜੀ ਪੁਲਿਸ ਪਾਰਟੀ 'ਤੇ? ਇਹ ਕਿ ਜਿਹੜਾ ਇਹ ਖੰਡਾ ਸੀਗਾ ਜਿਹੜਾ ਇਹਦੇ ਸਿਰ 'ਤੇ ਲੱਗਿਆ ਮੁਲਾਜ਼ਮ ਦੇ। ਕਿਵੇਂ ਹਾਲਾਤ ਕਿਵੇਂ ਹੋਣ ਲੱਗੇ? ਠੀਕ ਆ, ਮੁਲਾਜ਼ਮ ਬਿਲਕੁਲ ਠੀਕ ਆ ਅਤੇ ਜਿਹੜੇ ਦੋਸ਼ੀ ਜਲਦੀ ਫੜ ਕੇ ਇਹਨਾਂ ਨੂੰ ਸੁਗਾਖੀ ਦੇ ਪਿੱਛੇ ਕੀਤਾ।